Global Punjab News is brought to you by Maya Assurance Company. Taxi insurance renewal rush ton bacho ate Maya Assurance Company nu call karo 1-844-846-6292. Har tarah di Indian, Pakistani ate Bangladeshi grocery lai yaad rakho Atlantic Farm. Atlantic Farm grocery lai Punjabiyan di pehli pasand. ਸਤਿ ਸ਼੍ਰੀ ਅਕਾਲ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਅਹਿਮ ਸੁਰਖੀਆਂ ਤੇ। ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਬੋਲੇ ਅਵਤਾਰ ਸਿੰਘ ਮੱਕੜ, ਕਿਹਾ ਕੇਂਦਰ ਸਰਕਾਰ ਅਧੀਨ ਕੈਦੀਆਂ ਨੂੰ ਨਹੀਂ ਰਿਹਾਅ ਕਰ ਸਕਦੀ ਪੰਜਾਬ ਸਰਕਾਰ। ਬੰਦੀ ਸਿੰਘਾਂ ਦੇ ਮੁੱਦੇ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੇਲੋੜੀ ਬਿਆਨਬਾਜ਼ੀ ਬੰਦ ਕਰਨ ਦੀ ਦਿੱਤੀ ਨਸੀਹਤ। ਯਾਕੂਬ ਨੂੰ ਫਾਂਸੀ ਸੁਣਾਏ ਜਾਣ ਦਾ ਮਾਮਲਾ ਗਰਮਾਇਆ, ਅਵਤਾਰ ਸਿੰਘ ਮੱਕੜ ਨੇ ਕੀਤੀ ਓਬੇਸੀ ਦੇ ਬਿਆਨ ਦੀ ਨਿਖੇਧੀ। ਓਬੇਸੀ ਨੇ ਬਿਆਨ ਸਿੰਘ ਦੇ ਕਾਤਲਾਂ ਲਈ ਕੀਤੀ ਸੀ ਫਾਂਸੀ ਦੀ ਮੰਗ। ਦੇਸ਼ ਭਰ ਵਿੱਚ ਮਨਾਇਆ ਗਿਆ 16ਵਾਂ ਕਰਗਿਲ ਫਤਿਹ ਦਿਵਸ, ਸ਼ਹੀਦਾਂ ਨੂੰ ਦਿੱਤੀਆਂ ਗਈਆਂ ਸ਼ਰਧਾਂਜਲੀਆਂ। ਕਰਗਿਲ ਫਤਿਹ ਦਿਵਸ ਮੌਕੇ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, ਵਨ ਰੈਂਕ ਵਨ ਪੈਨਸ਼ਨ ਦੇ ਮੁੱਦੇ ਤੇ ਪ੍ਰਦਰਸ਼ਨ। ਹੁਣ ਖਬਰਾਂ ਵਿਸਥਾਰ ਦੇ ਨਾਲ। ਕੇਂਦਰ ਸਰਕਾਰ ਅਧੀਨ ਕੈਦੀਆਂ ਨੂੰ ਪੰਜਾਬ ਸਰਕਾਰ ਰਿਹਾਅ ਨਹੀਂ ਕਰ ਸਕਦੀ, ਇਹ ਕਹਿਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ। ਪਰ ਇਸ ਮੌਕੇ ਹੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣਾ ਤੇ ਪੰਜਾਬ ਸਰਕਾਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਨਾ ਕੋਈ ਹੱਲ ਕੱਢਿਆ ਜਲਦੀ ਜਾਵੇਗਾ। ਜ਼ਿਕਰਯੋਗ ਹੈ ਕਿ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਤਬੀਅਤ 'ਚ ਅਜੇ ਕੋਈ ਵੀ ਸੁਧਾਰ ਨਹੀਂ ਹੋਇਆ ਤੇ ਬਾਪੂ ਜੀ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕੰਡੀਸ਼ਨਲ ਹਟਾਈ ਹੈ, ਉਹਨੇ ਕਿਹਾ ਵੀ ਟਾਟਾ ਦੇ ਅਧੀਨ ਜਿਹੜਾ CBI ਜਾਂ ਕੇਂਦਰ ਦੀ ਏਜੰਸੀਆਂ ਰਾਹੀਂ ਜਿਹਨਾਂ ਨੂੰ ਸਜ਼ਾ ਹੋਈ ਹੈ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ। ਇਸ ਵਾਸਤੇ ਅਜੇ ਇਹ ਤੈਅ ਕਰਨਾ ਬਾਕੀ ਹੈ ਕਿ ਜਿਹੜੇ ਪੰਜਾਬ ਦੇ ਕੈਦੀ ਨੇ ਮੇਰੇ ਖਿਆਲ 'ਚ ਬਹੁਤੇ ਟਾਟਾ ਅਧੀਨ ਨੇ, ਇਸ ਵਾਸਤੇ ਅਜੇ ਕੁਛ ਨਹੀਂ ਕਿਹਾ ਜਾ ਸਕਦਾ। ਪਰ ਮੈਂ ਸਮਝਦਾ ਕਿ ਫੈਸਲਾ ਜਿਹੜਾ ਸਾਡੇ ਲਈ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਰਾਜਨੀਤਿਕ ਪਾਰਟੀਆਂ ਵੱਲੋਂ ਜੋ ਬਿਆਨ ਦਾਗੇ ਜਾ ਰਹੇ ਨੇ, ਇਸ ਮਾਮਲੇ ਬਾਰੇ ਬੋਲਦੇ ਹੋਏ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਾਰਿਆਂ ਨੂੰ ਆਪਣੇ ਤੌਰ ਤੇ ਕੋਸ਼ਿਸ਼ ਕਰਨ ਦੀ ਨਸੀਹਤ ਦਿੱਤੀ ਹੈ ਤੇ ਬੇਲੋੜੀ ਬਿਆਨਬਾਜ਼ੀ ਬੰਦ ਕਰਨ ਲਈ ਵੀ ਕਿਹਾ। ਨਾਲੋ ਨਾਲ ਗਿਆਨੀ ਗੁਰਬਚਨ ਸਿੰਘ ਨੇ ਯਾਕੂਬ ਕੇਸ ਦੇ ਮਾਮਲੇ ਵਿੱਚ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਅਦਾਲਤ ਦਾ ਸਹਾਰਾ ਲੈਣ ਲਈ ਵੀ ਕਿਹਾ। ਹਰ ਇੱਕ ਨੂੰ ਆਪਣੇ ਤੌਰ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਫਾਇਦੇ ਵਾਸਤੇ ਦੂਸਰੇ ਦੇ ਉੱਤੇ ਕਿੰਤੂ ਪਰੰਤੂ ਕਰਨਾ, ਇਹ ਕੋਈ ਚੰਗੀ ਬਹੁਤੀ ਸਿਆਣੀ ਸੋਚ ਨਹੀਂ ਹੈ। ਜੇ ਸਿੱਖਾਂ ਨੇ ਕਾਨੂੰਨ ਦੇ ਰਾਹੀਂ ਰਵਿੰਦਰ ਸਿੰਘ ਭੁੱਲਰ ਜਾਂ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਉਹਦੇ ਕੇਸ ਨੂੰ ਲਿਆ ਹੈ, ਉਹਨਾਂ ਨੂੰ ਵੀ ਕਾਨੂੰਨ ਦਾ ਸਹਾਰਾ ਲੈ ਕੇ ਕਰ ਲੈਣਾ ਚਾਹੀਦਾ, ਕਾਨੂੰਨ ਤੌਰ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਨਾ ਕਿ ਇਹ ਕਹਿਣਾ ਚਾਹੀਦਾ ਕਿ ਇਹਦੇ ਬਦਲੇ ਪਹਿਲਾਂ ਉਹਨਾਂ ਨੂੰ ਦਿੱਤਾ ਜਾਏ, ਇਹ ਤਾਂ ਕੋਈ ਇਨਸਾਨੀਅਤ ਨਹੀਂ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੇ ਮਾਮਲੇ ਵਿੱਚ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਾਪੂ ਸੂਰਤ ਸਿੰਘ ਖਾਲਸਾ ਦੇ ਨਾਲ ਖੜਨ ਦੀ ਗੱਲ ਆਖੀ। ਜਥੇਦਾਰ ਨੇ ਪੰਜਾਬ ਸਰਕਾਰ ਦਾ ਬਚਾਅ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਇਸ ਸਮੇਂ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਸਰਕਾਰ ਨੂੰ ਸਿੰਘਾਂ ਦੀ ਰਿਹਾਈ ਲਈ ਕੇਂਦਰ ਤੱਕ ਪਹੁੰਚ ਬਣਾਉਣ ਲਈ ਕਿਹਾ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਸਰਕਾਰ ਨੂੰ ਇਸ ਮਸਲੇ ਦਾ ਹੱਲ ਜਲਦੀ ਕਰਨ ਦੀ ਗੱਲ ਆਖਦੇ ਹੋਏ ਬਾਪੂ ਸੂਰਤ ਸਿੰਘ ਖਾਲਸਾ ਦੀ ਜਾਨ ਨੂੰ ਕੀਮਤੀ ਵੀ ਦੱਸਿਆ। ਬਾਪੂ ਸੂਰਤ ਸਿੰਘ ਜਿਸ ਮਸਲੇ ਨੂੰ ਲੈ ਕੇ ਬੈਠੇ ਨੇ ਅਸੀਂ ਉਹਦੇ ਨਾਲ ਸਹਿਮਤ ਹਾਂ, ਔਰ ਇਹ ਪੰਥਕ ਮਸਲਾ ਹੈ ਜਿਸ ਮਸਲੇ ਦੇ ਵਾਸਤੇ ਸਰਕਾਰ ਆਪਣਾ ਪੂਰਾ ਜ਼ੋਰ ਲਾ ਰਹੀ ਹੈ। ਸਰਕਾਰ ਚਾਹੁੰਦੀ ਹੈ ਵੀ ਸੂਬੇ ਵਿੱਚ ਅਮਨ ਸ਼ਾਂਤੀ ਬਣੀ ਰਹੇ, ਇਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਤੌਰ 'ਤੇ ਪੂਰੀ ਕੋਸ਼ਿਸ਼ ਕਰ ਰਹੇ ਨੇ। ਸਾਡੇ ਵੱਲੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਪੰਜਾਬ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਕਾਨੂੰਨ ਤੌਰ 'ਤੇ ਰਿਹਾਈ ਹੋ ਸਕਦੀ ਹੈ, ਔਰ ਮੈਂ ਇਹ ਸਪਸ਼ਟ ਰੂਪ ਦੇ ਵਿੱਚ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਧ ਤੋਂ ਵੱਧ ਕੋਸ਼ਿਸ਼ ਕਰੇ ਜਿਨ੍ਹਾਂ ਨੂੰ ਰਿਹਾਅ ਕਰਵਾ ਸਕਦੀ ਆ ਜਾਂ ਪਰੋਲ ਦਵਾ ਸਕਦੀ, ਜੋ ਕੁਝ ਵੀ ਕਰਵਾ ਸਕਦੀ ਉਹ ਕਰਵਾਵੇ।
1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੇਨਨ ਦੀ ਫਾਂਸੀ ਦਾ ਮਾਮਲਾ ਗਰਮਾਉਂਦਾ ਹੀ ਜਾ ਰਿਹਾ ਹੈ। ਇਸ ਮਾਮਲੇ ਬਾਬਤ ਬੋਲਦਿਆਂ ਸੰਸਦ ਮੈਂਬਰ ਓਬੇਸੀ ਨੇ ਕਿਹਾ ਸੀ ਕਿ ਯਾਕੂਬ ਨੂੰ ਫਾਂਸੀ ਇਸ ਲਈ ਦਿੱਤੀ ਜਾ ਰਹੀ ਹੈ ਕਿ ਉਹ ਮੁਸਲਮਾਨ ਹੈ। ਸੰਸਦ ਮੈਂਬਰ ਓਬੇਸੀ ਨੇ ਸਿੱਖਾਂ ਨੂੰ ਆਪਣੇ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਸੀ ਕਿ ਜੇਕਰ ਯਾਕੂਬ ਨੂੰ ਫਾਂਸੀ ਦੇਣੀ ਹੈ ਤਾਂ ਪਹਿਲਾਂ ਬੇਅੰਤ ਸਿੰਘ ਕਤਲਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਓਬੇਸੀ ਦੇਸ਼ ਨੂੰ ਵੰਡ ਰਹੇ ਨੇ, ਜਦਕਿ ਅਦਾਲਤ ਦਾ ਫੈਸਲਾ ਸਭ ਲਈ ਠੀਕ ਹੁੰਦਾ ਹੈ। ਉਹਨਾਂ ਧਰਮ ਦੇ ਨਾਮ ਉੱਤੇ ਦੇਸ਼ ਨੂੰ ਵੰਡਣਾ ਮੰਦਭਾਗਾ ਕਰਾਰ ਦਿੱਤਾ। ਦੇਖੋ ਅਦਾਲਤਾਂ ਦੇ ਫੈਸਲੇ ਓਵੈਸੀ ਦੇ ਕਹਿ ਤੇ ਨਹੀਂ ਹੋਣੇ, ਔਰ ਉਹਨਾਂ ਨੂੰ ਜੇ ਉਹਨਾਂ ਨਾਲ ਬਹੁਤੀ ਉਹਦੀ ਹਮਦਰਦੀ ਹੈ ਅਤੇ ਉਹਨਾਂ ਨੂੰ ਆਪਣੇ ਤੌਰ 'ਤੇ ਜਿਹੜਾ ਉਹ ਕੰਮ ਕਰਨਾ ਚਾਹੀਦਾ, ਉਹਦੀ ਮੰਗ ਕਰਨੀ ਚਾਹੀਦੀ ਹੈ, ਨਾ ਕਿ ਇਹ ਕਹਿ ਦੇਣਾ ਚਾਹੀਦਾ ਵੀ ਇਹਨੂੰ ਫਾਂਸੀ ਤਾਂ ਦੇ ਜੇ ਫਲਾਣੇ ਨੂੰ ਫਾਂਸੀ 'ਤੇ ਚੜ੍ਹਾ ਦੇ। ਮੈਂ ਸਮਝਦਾ ਕਿ ਬਹੁਤ ਬੇਤੁਕੀ ਗੱਲ ਹੈ ਕਿ ਇੱਕ ਧਰਮ ਦੇ ਆਲ ਲੈ ਕੇ ਆਪਣੇ ਕਿਸੇ ਬੰਦੇ ਨੂੰ ਅਸੀਂ ਸੰਘਰਸ਼ ਕਰਦੇ ਹਾਂ ਅਤੇ ਭੁੱਲਰ ਸਾਹਿਬ ਦੀ ਫਾਂਸੀ ਮਾਫ਼ ਹੋਵੇ, ਜਗਤਾਰ ਸਿੰਘ ਰਾਜਵਾਨ ਅਤੇ ਆਪਣਾ ਫਾਂਸੀ ਮਾਫ਼ ਹੋਵੇ, ਲੇਕਿਨ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਪਹਿਲਾਂ ਲਾ ਦੇ ਅਤੇ ਫਿਰ ਇਹਨਾਂ ਨੂੰ ਲਾ। ਮੋਗਾ ਪੁਲਿਸ ਨੇ ਇੱਕ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ, ਪਰ ਇਸ ਗਿਰੋਹ ਦੇ 2 ਮੈਂਬਰ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ। ਮੋਗਾ ਪੁਲਿਸ ਨੂੰ ਇਸ ਗਿਰੋਹ ਤੋਂ 1 12 ਬੋਰ ਦਾ ਪਿਸਤੌਲ, 2 ਜ਼ਿੰਦਾ ਕਾਰਤੂਸ ਅਤੇ ਨਾਲ ਨਾਲ 3 ਮੋਟਰਸਾਈਕਲ ਵੀ ਮਿਲੇ ਨੇ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਗਿਰੋਹ 20 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ। ਪੁਲਿਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਲੈ ਲਿਆ ਗਿਆ। ਰਿਮਾਂਡ ਦੌਰਾਨ ਪੁਲਿਸ ਵੱਲੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ। ਇਸ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਨ ਦਾ ਦਾਅਵਾ ਵੀ ਪੁਲਿਸ ਕਰ ਰਹੀ ਹੈ। 5 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਿਆ ਜੋ ਮੋਗਾ ਸ਼ਹਿਰ ਮੇਂ ਔਰ ਜੋ ਚਾਰੋ ਤਰਫ ਕਾ ਏਰੀਆ ਹੈ ਜਗਰਾਉਂ ਸਾਈਡ, ਵਹਾਂ ਇਹ ਵਾਰਦਾਤ ਅਮਲ ਮੇਂ ਲਾਤੇ ਥੇ ਔਰ ਕਰੀਬ ਇਨਕੇ ਉੱਪਰ 15 ਪਰਚੇ ਪਹਿਲੇ ਦਰਜ ਥੇ ਅਲੱਗ ਅਲੱਗ ਥਾਨੋਂ ਮੇਂ, ਔਰ ਇਹ ਝਪਟਮਾਰੀ ਕੀ ਵਾਰਦਾਤੇ ਕਰਤੇ ਥੇ, ਔਰ ਇਨਕਾ 5 ਮੈਂਬਰੀ ਇਹ ਗਿਰੋਹ, ਇਨਕਾ ਸਰਗਨਾ ਜੋ ਨਵੀਨ ਹੈ ਉਹ ਭਾਗ ਚੁੱਕਾ ਹੈ ਔਰ ਪਹਿਲੇ ਸੇ ਬਖੌੜੇ ਚੱਲ ਰਹੇ ਥੇ, ਕਾਫੀ ਮੁਕਦਮੋਂ ਮੇਂ ਆਜ ਤੱਕ ਇਹ ਪਕੜੇ ਨਹੀਂ ਗਏ ਥੇ। ਸੋ ਇਨਸੇ ਇੱਕ ਦੇਸੀ ਕੱਟਾ ਔਰ ਚਾਕੂ ਔਰ 3 ਮੋਟਰਸਾਈਕਲ ਚੋਰੀ ਕੇ ਬਰਾਮਦ ਹੋ ਚੁੱਕੇ ਹੈ, ਔਰ ਹਮਾਰੀ ਜੋ ਟੀਮ ਹੈ ਵੋ ਜੋ ਭੇਜੀ ਹੈ ਵੋ ਹਮਾਰਾ ਜੋ ਉਸਕੇ ਟਿਕਾਣਾ ਜੋ ਨਵੀਨ ਕੇ ਟਿਕਾਣੇ ਕੋ ਢੂੰਡ ਰਹੀ ਹੈ, ਕਿਉਂਕਿ ਸਾਰਾ ਜੋ ਰਿਕਵਰੀਜ਼ ਹੈ ਵੋ ਉਸਨੇ ਕਰਾਣੀ, ਉਸੀ ਕੇ ਪਾਸ ਸਾਰਾ ਸਮਾਨ ਹੈ। ਇੱਥੇ ਰੁਕਦੇ ਛੋਟੇ ਜਿਹੇ ਬ੍ਰੇਕ ਦੇ ਲਈ, ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਦੇਸ਼ ਭਰ ਵਿੱਚ ਮਨਾਏ ਗਏ ਕਰਗਿਲ ਫਤਿਹ ਦਿਵਸ ਦੇ ਬਾਰੇ। Global Punjab News is brought to you by Maya Assurance Company. Taxi insurance renewal rush ton bacho ate Maya Assurance Company nu call karo 1-844-846-6292. Har tarah di Indian, Pakistani ate Bangladeshi grocery layi yaad rakho Atlantic Farm. Atlantic Farm grocery layi Punjabiyan di pehli pasand. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ। ਕਰਗਿਲ ਜੇਤੂ ਦਿਵਸ ਅੱਜ ਪੂਰੇ ਭਾਰਤ ਵਿੱਚ ਮਨਾਇਆ ਗਿਆ। ਇਸ ਦਿਵਸ ਮੌਕੇ ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਰਿਕਰ ਅਤੇ ਭਾਰਤੀ ਫੌਜ ਦੇ ਜਨਰਲ ਦਲਬੀਰ ਸਿੰਘ ਸੁਹਾਗ ਨੇ ਕਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਯਹਾਂ ਪਰ ਅਗਰ ਆਪ ਕਰਗਿਲ ਯੁੱਧ ਦੇਖੇਂਗੇ, ਉਸਸੇ ਪਹਿਲੇ ਉਸ ਇੱਕ ਸਿਰਫ ਇੱਕ ਬ੍ਰਿਗੇਡ ਹੋਤੀ ਥੀ, ਅਭੀ ਇੱਕ ਪੂਰੀ ਡਿਵੀਜ਼ਨ ਯਹਾਂ ਪਰ ਆ ਗਈ ਹੈ। ਦ ਕਾਇੰਡ ਆਫ ਰੈਡੀਨੈਸ ਯੂ ਨੋ ਹੈਜ਼ ਇੰਪਰੂਵਡ ਮੈਨੀ ਮੈਨੀ ਫੋਲਡ। And similarly with our counter-terrorism grid, the kind of measures that have been put in place, and so with along the LAC borders with China, capabilities have grown exponentially. So just want to tell everyone through your medium, tell the nation that please be confident, we are there on the borders and capability exists. ਪਰ ਦੂਜੇ ਪਾਸੇ ਇੱਕ ਵਨ ਰੈਂਕ ਵਨ ਪੈਨਸ਼ਨ ਦੇ ਮੁੱਦੇ ਉੱਤੇ ਭਾਰਤੀ ਫੌਜ ਦੇ ਸਾਬਕਾ ਫੌਜੀਆਂ ਨੇ ਕਾਲੀਆਂ ਪੱਟੀਆਂ ਬਣ ਕੇ ਪ੍ਰਦਰਸ਼ਨ ਕੀਤਾ ਅਤੇ ਭਾਰਤ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
करगिल फतेह दिवस मौके प्रसिद्ध समाज सेवी अन्ना हजारे ने भाजपा सरकार विरुद्ध मैदान विच आउण दा फैसला कर लिया। अन्ना हजारे इस वार वन रैंक वन पेंशन दे मुद्दे ते भुख हड़ताल करनगे। इस मुद्दे बाबत अन्ना हजारे ने सरकार नूं 2 अक्तूबर तक दा समां दे दित्ता है। अन्ना हजारे ने कहा कि जेकर सरकार 2 अक्तूबर तक वन रैंक वन पेंशन स्कीम नूं लागू नहीं करदी तां उह जंतर मंतर उत्ते भुख हड़ताल ते बैठ जाणगे। भुख हड़ताल शुरू करन तों पहलां अन्ना हजारे ने पूरे देश दे फौजी जवानां नूं मिलण दा ऐलान भी कर दित्ता है। पर समाज सेवी अन्ना हजारे ने अपने भाषण दौरान रक्षा मंत्री मनोहर पारिकर नूं चंगे इंसान दस्या ते उन्हां उत्ते पूर्ण भरोसा होण दी गल वी आखी। दोनों मिलकर वन रैंक वन पेंशन, इसके लिए भी जो भी करना खड़े पड़े करेंगे। सिर्फ मेरी विनती एक है, हिंसा नहीं करना, कोई हिंसा नहीं होनी। जो जनता है उनको तकलीफ नहीं होना। अहिंसा के मार्ग से यह आंदोलन हम चालू रखना है। 2 अक्टूबर को हम सब मिलकर रामलीला मैदान फिर एक बार बड़ा आंदोलन करेंगे। बीते दिनी भाजपा काउंसलर दी कुछ व्यक्तियों वल्लों कुटमार की गई सी। पुलिस ने इस बारे मामला तो दर्ज कर लिया है पर दोषियों विरुद्ध कोई कार्रवाई नहीं की, जिसके विरोध वजो भाजपा जिला कमेटी वल्लों चक्का जाम किया गया ते पुलिस प्रशासन विरुद्ध नारेबाजी भी की गई। इस प्रदर्शन दौरान पुलिस ने भाजपा वर्करा नाल गलबात भी की, पर भाजपा वर्करा ने दोषियों उत्ते धारा 452 लगाउण दी मंग की। लगभग 2 घंटे चले धरने तो बाद पुलिस प्रशासन ने भाजपा वर्करा दीआं मंगां अगे चुकदे होए दोषियों खिलाफ मुकदमे विच धारा 452 जोड़ के एक कापी प्रदर्शनकारियों नूं दे दित्ती। पिछले 3-4 दिन पहला दी गल है, कोई बीजेपी दा कौंसलर सी उहनूं जा के घर च के कुटमार कीती सी, जिस संबंधी अज इन्ना बीजेपी वर्करा ने धरना लाया सी। इन्हां दी मंग सी कि 452 दा वाधा किया जाए, जो एस एच ओ ने तफ्तीश करके मौके से जाके तो 452 का वाधा किया। तो इन्हों अ 452 जोड़े वाधे की कापी इन्हों दे दी गई है, तो बाकी जोड़े मुजरम उन्होंने छेती अरैसट कर लिया जाए। साडा एस एस पी साहब अल्टीमेटम से, क्योंकि असं कल मिल के आए थे भाई जिनी तक 452 नहीं लगती, जोड़े कॉर्पोरेट अरैसट नहीं होंगे वो असी अपना जो 24 घंटे नहीं करोगे तो असी अपना धरना प्रदर्शन जो सड़कों पर असी बटाले के हित वास्ते गुंडागर्दी के खिलाफ अपना सड़कों पर उतरेंगे। और हूँ साड़ी रिप्रजेंटेशन एस एस पी साहब ने अपलाई सी, सब सीनियर आगू हमने उत्थे होके आए हैं, सैकड़िया कार्यकर्ता हर वार्ड तो हर बूथ तो निकल के इस धरना प्रदर्शन आए हैं। उन्होंने यह जित जी 452 भारतीय जनता पार्टी के जरा सा अल्टीमेटम से उन्होंने मन के इस केस के 452 एडिशन उन्होंने एस एस पी ने कर दी है। कुछ दिन पहला किसी कांग्रेस कौंसलर ने हरेक कौंसलर ने मार कुटाई की घर से जाके इटा पत्थर मारे से, जिस कारण वो उन्होंने सट्टा लगियां उस हस्पताल दाखिल हो असी धरना प्रदर्शन उस रोज प्रदर्शन किया ताकि उन्होंने लोगों ने जिन्होंने कुटिया उन्होंने लोड़ी कार्रवाई की जाए। अज धरना प्रदर्शन के बाद एस पी डी ने असं मिल के आए हैं तो उन्होंने कन्फर्म किया कि एफ आई आर करके सामने देती है, इस करके असं धरना प्रदर्शन चुक रहे हैं। श्रोमणी गुरुद्वारा प्रबंधक कमेटी वालों सिख कौम के प्रसिद्ध ढाडी कुलवंत सिंह ते श्रोमणी कमेटी विच सकत्तर वजो सेवा निभाउण वाले ज्ञानी महेंद्र सिंह दी तस्वीरां हरिमंदर साहिब के अजायब घर विच लगाईआं गईआं ने। इस मौके श्रोमणी गुरुद्वारा प्रबंधक कमेटी के प्रधान अवतार सिंह मक्कड़ तो इलावा कई धार्मिक शख्सियतां हाजिर सन। क्योंकि श्रोमणी कमेटी की अंतरिम कमेटी वालों यह फैसला किया गया कि सिख पंथ के विकास में योगदान पाने वाली सारिया ही शख्सियतों दी तस्वीरां अजायब घर विच लगाईआं जाणगीआं। केंद्रीय सिख अजायब घर में पंथ दियाँ 2 बहुत ही महान शख्सियतों के चित्र जड़े ने उन्होंने याद को सदीवी यादगार बनाने लिए अज सुशोभित किए गए। भाई साहब हरमिंदर सिंह जी जिन्होंने मेरे ख्याल तकरीबन
40 ਸਾਲ ਤੋਂ ਵੱਧ ਸਮਾਂ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਐਪਸੂ ਬੋਰਡ ਦੀ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾਵਾਂ ਕੀਤੀਆਂ ਅਤੇ 105 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੇ ਮੈਂ ਸਮਝਦਾ ਕਿ ਅਕਾਲ ਚਲਾਣਾ ਕੀਤਾ। ਤਰਨ ਤਾਰਨ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹੈ। ਇੱਥੋਂ ਦੇ ਇੱਕ ਸਥਾਨਕ ਅਰੋੜਾ ਪੈਲਸ ਵਿੱਚ 4 ਲੜਕਿਆਂ ਵੱਲੋਂ ਇੱਕ ਲੜਕੀ ਨਾਲ ਜਬਰ ਜਨਾਹ ਕਰਨ ਦੀ ਖਬਰ ਹੈ, ਜਿਸ ਤੋਂ ਬਾਅਦ ਪੀੜਤ ਲੜਕੀ ਹੁਣ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ। ਲੜਕੀ ਮੁਤਾਬਕ ਉਹ ਆਪਣਾ ਜਨਮਦਿਨ ਮਨਾਉਣ ਲਈ ਅਰੋੜਾ ਪੈਲਸ ਆਈ ਸੀ, ਪਰ ਉਸਦੇ 3-4 ਦੋਸਤਾਂ ਨੇ ਉਸਨੂੰ ਕੋਈ ਨਸ਼ੀਲੀ ਦਵਾਈ ਪਿਲਾਉਣ ਤੋਂ ਬਾਅਦ ਉਸ ਨਾਲ ਜਬਰ ਜਨਾਹ ਕੀਤਾ। ਪਰ ਮਾਮਲੇ ਦੇ ਮੁੱਖ ਦੋਸ਼ੀ ਕੁਲਜੀਤ ਸਿੰਘ ਮੁਤਾਬਕ ਸਭ ਕੁਝ ਮਰਜ਼ੀ ਨਾਲ ਹੋਇਆ ਅਤੇ ਹੁਣ ਉਹਨਾਂ ਨੂੰ ਫਸਾਇਆ ਜਾ ਰਿਹਾ। ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ, ਪਰ ਇਸ ਮਾਮਲੇ ਦਾ ਇੱਕ ਦੋਸ਼ੀ ਮੌਕੇ ਤੋਂ ਭੱਜਣ 'ਚ ਕਾਮਯਾਬ ਰਿਹਾ। ਪੁਲਿਸ ਜਲਦ ਹੀ ਉਸਨੂੰ ਲੱਭਣ ਦਾ ਦਾਅਵਾ ਵੀ ਕਰ ਰਹੀ ਹੈ। ਅਗਲੀ ਕਾਰਵਾਈ ਲਈ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਮੈਨੂੰ ਇਸ ਤਰ੍ਹਾਂ ਇੱਕ ਲੜਕੇ ਨੇ ਰੂਮ ਵਿੱਚ ਬੁਲਾ ਕੇ ਮੈਨੂੰ ਬਰਥਡੇ ਪਾਰਟੀ ਦਾ ਲਾਰਾ ਲਾ ਕੇ ਅਤੇ ਉਹਨੇ ਮੈਨੂੰ ਕਿਹਾ ਕਿ ਬਰਥਡੇ ਪਾਰਟੀ ਕਰਨੀ ਆ ਸਾਰੀ ਸਹੇਲੀਆਂ ਦੇ ਨਾਲ, ਅਤੇ ਮੈਨੂੰ ਰੂਮ 'ਚ ਉਹਨੇ ਬੁਲਾ ਕੇ ਕਿਹਾ ਕਿ ਆਪਾਂ ਇੱਕ ਮਿੰਟ ਨਾ ਕੋਲਡ ਡਰਿੰਕ ਮੰਗਵਾਉਂਦੇ। ਉਹਨੇ ਕੋਲਡ ਡਰਿੰਕ ਦੇ ਬਹਾਨੇ, ਮੈਨੂੰ ਨਹੀਂ ਪਤਾ ਸੀ, ਉਹਨੇ ਆਪਣੇ ਨਾਲ 3-4 ਸਾਥੀਆਂ ਨੂੰ ਆਪਣੇ ਨਾਲ ਰੂਮ 'ਚ ਵਾੜ ਲਿਆ। ਰੂਮ 'ਚ ਵਾੜ ਕੇ ਉਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਕਰਕੇ ਉਹਨਾਂ ਨੇ ਮੇਰੇ ਸਾਰੇ ਕੱਪੜੇ ਵਗੈਰਾ ਉਤਾਰ ਕੇ ਨਾਲੇ ਵੀਡੀਓ ਕਲਿੱਪਸ ਕੀਤੇ ਅਤੇ ਨਾਲੇ ਫੋਟੋਆਂ ਵਗੈਰਾ ਖਿੱਚੀਆਂ ਅਤੇ ਨਾਲੇ ਮੈਨੂੰ ਕੁੱਟਿਆ ਮਾਰਿਆ। ਲੜਕੇ ਦੇ ਕੁਝ ਨਹੀਂ, ਮਤਲਬ ਰਜ਼ਾਮੰਦੀ ਨਾਲ ਹੋਇਆ ਸਭ ਕੁਝ, ਜੋ ਵੀ ਹੋਇਆ ਸੀ ਹੋਰ ਕੁਝ ਨਹੀਂ ਸੀ। ਅੰਮ੍ਰਿਤਸਰ ਦੀ ਸਰ ਰਹਿਣ ਵਾਲੀ ਸੈਂਟਰ ਸਾਡੇ ਨਾਲ ਪੜ੍ਹਦੀ ਵੈਬਰਸ ਇੰਟਰਨੈਸ਼ਨਲ ਆਇਲਸ, ਉੱਥੇ ਕਰਦੀ ਹੈ, ਅਤੇ ਮੇਰੀ ਮਤਲਬ ਗਰਲਫ੍ਰੈਂਡ ਸੀ ਅਤੇ ਮੈਨੂੰ ਰੂਮ 'ਚ ਮਿਲੀ। ਮੈਨੂੰ ਕਿਹਾ ਮੈਂ ਤੇਰੇ ਨਾਲ ਮੈਰਿਜ ਨਹੀਂ ਕਰਾ ਸਕਦਾ, ਅਤੇ ਇਸ ਗੱਲ 'ਤੇ ਮੈਂ ਲੜ ਪਈ। ਆਉਂਦੀ ਹੁਣ ਤੂੰ ਵੇਖੀ ਤੂੰ ਕਿਸੇ ਜੋਗਾ ਨਹੀਂ ਰਹੇਗਾ, ਤੇਰੇ ਮੈਂ ਹੁਣ ਕੰਪਲੇਂਟ ਕਰਦੀ ਤੇਰੀ ਪੁਲਿਸ ਕੰਪਲੇਂਟ। ਲੜਕੀ ਅਤੇ ਲੜਕੇ ਜਿਹੜੇ ਹੈਗੇ ਆ ਇਹ ਉੱਥੇ ਅੰਮ੍ਰਿਤਸਰ ਵੈਬਰ ਇੰਸਟੀਚਿਊਟ ਹੈਗਾ, ਉੱਥੇ ਇਕੱਠੇ ਆਈਲੈਟਸ ਵਗੈਰਾ ਕਰਦੇ ਸੀ, ਅਤੇ ਜਿੱਥੇ ਇਹਨਾਂ ਦੀ ਆਪਸ ਵਿੱਚ ਫਰੈਂਡਸ਼ਿਪ ਸੀ, ਅਤੇ ਫਰੈਂਡਸ਼ਿਪ ਹੋਣ ਕਰਕੇ ਕੱਲ੍ਹ ਮਤਲਬ ਲੜਕੀ ਦਾ ਜਨਮਦਿਨ ਸੀ, ਉਹ ਜਨਮਦਿਨ ਮਨਾਉਣ ਦੇ ਬਹਾਨੇ 'ਚ ਇੱਥੇ ਅਰੋੜਾ ਜਿਹੜਾ ਪੈਲਸ ਦੇ ਵਿੱਚ ਇਕੱਠੇ ਹੋਏ ਆ, ਅਤੇ ਉੱਥੇ ਮੁੰਡਾ ਕੁਲਜੀਤ ਸਿੰਘ ਜਿਹੜਾ ਹੈਗਾ ਉਹਨੂੰ ਵਿਆਹ ਵੀ ਉਹਦਾ ਲਾਰਾ ਵੀ ਲਾਉਂਦਾ ਸੀ। ਮੋਗਾ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਕੋਲੋਂ ਮੌਕੇ ਤੋਂ 1.5 ਕਿਲੋ ਅਫੀਮ ਬਰਾਮਦ ਹੋਈ, ਜਿਸ ਦੀ ਕੀਮਤ 2 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਨੂੰ ਪੁੱਛ ਪੜਤਾਲ ਤੋਂ ਪਤਾ ਲੱਗਿਆ ਕਿ ਇਹ ਅਫੀਮ ਮੱਧ ਪ੍ਰਦੇਸ਼ ਤੋਂ ਲਿਆਂਦੀ ਗਈ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਫੜਿਆ ਗਿਆ ਤਸਕਰ ਨਸ਼ਿਆਂ ਦਾ ਬਹੁਤ ਵੱਡਾ ਸੌਦਾਗਰ ਹੈ, ਜਿਸ ਕਾਰਨ ਪਹਿਲਾਂ ਵੀ ਉਸ ਉੱਪਰ ਨਸ਼ਾ ਤਸਕਰੀ ਦੇ 3 ਕੇਸ ਚੱਲ ਰਹੇ ਨੇ, ਜਿਸ ਤਹਿਤ ਦੋਸ਼ੀ ਪਹਿਲਾਂ 3 ਸਾਲ ਜੇਲ੍ਹ ਵੀ ਕੱਟ ਚੁੱਕਿਆ। ਪੁਲਿਸ ਵੱਲੋਂ ਹੋਰ ਜਾਣਕਾਰੀ ਲਈ ਦੋਸ਼ੀ ਤੋਂ ਪੁੱਛ ਪੜਤਾਲ ਜਾਰੀ ਹੈ, ਪਰ ਇਸ ਤਸਕਰ ਦੇ ਫੜੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਦੇ ਦਾਅਵੇ ਵੀ ਸੱਚੇ ਸਾਬਤ ਹੁੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਵਿੱਚ ਨਸ਼ਾ ਗੁਆਂਢੀ ਸੂਬਿਆਂ ਤੋਂ ਆਉਂਦਾ। ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਨਸ਼ਾ ਗੁਆਂਢੀ ਸੂਬਿਆਂ ਤੋਂ ਆਉਂਦਾ ਤਾਂ ਲਿਆਉਣ ਵਾਲੇ ਲੋਕ ਪੰਜਾਬ ਨਾਲ ਹੀ ਸੰਬੰਧਿਤ ਨੇ, ਜਿਸ ਕਰਕੇ ਮੰਨਿਆ ਇਹ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜਦੇ ਹੋਏ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਚਾਹੀਦਾ ਹੈ। ਸਾਰੇ ਰੋਡ ਦੇ ਉੱਤੇ ਨਾਕਾਬੰਦੀ ਕਰ ਰੱਖੀ ਸੀਗੀ, ਜਦੋਂ ਉਹਨਾਂ ਨੂੰ ਇੱਕ ਸੀਕਰੇਟ ਇਨਫੋਰਮੇਸ਼ਨ ਮਿਲੀ ਔਰ ਨਾਕਾਬੰਦੀ ਦੌਰਾਨ ਉਹਨਾਂ ਨੇ ਇੱਕ ਮੋਟਰਸਾਈਕਲ ਜਿਹੜਾ ਚੈੱਕ ਕੀਤਾ, ਜਦੋਂ ਪੁਲਿਸ ਪਾਰਟੀ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਮੋਟਰਸਾਈਕਲ ਭਜਾ ਲਿਆ, ਪਰ ਕਿਉਂਕਿ ਨਾਕਾਬੰਦੀ ਇਸ ਤਰ੍ਹਾਂ ਕੀਤੀ ਸੀ ਮੋਟਰਸਾਈਕਲ ਕਾਬੂ ਕਰ ਲਿਆ। ਜਦੋਂ ਕਾਬੂ ਕਰ ਲਿਆ ਉਹਨੂੰ ਕੋਸ਼ਿਸ਼ ਕੀਤੀ ਉਹਦੇ ਸ਼ੱਕ ਹੋਇਆ ਵੀ ਜਿਹੜੇ ਉਹਦੇ ਸਮਾਨ ਵਗੈਰਾ ਸੀਗਾ ਉਹਦੇ ਤੋਂ ਜਿਹੜੀ ਉਹਦੇ ਕੁੜਤੇ ਵਗੈਰਾ ਦੀ ਨਿਗਾਹ ਮਾਰੀ ਅਤੇ ਪਤਾ ਲੱਗਿਆ ਕੋਈ ਚੀਜ਼ ਸ਼ਖਸ਼ ਵਾਲੀ ਹੈ। ਉਹਨੂੰ ਫਿਰ ਐਸ ਸਾਹ ਨੇ ਪੁੱਛਿਆ ਕਿ ਸਾਨੂੰ ਤੇਰੇ 'ਤੇ ਸ਼ੱਕ ਹੈ ਕਿ ਕੋਈ ਨਾ ਕੋਈ ਤੇਰੇ ਕੋਲ ਨਸ਼ੀਲੀ ਚੀਜ਼ ਉਸ ਤਰ੍ਹਾਂ ਦੀ ਚੀਜ਼ ਹੈਗੀ ਹੈ, ਵੀ ਤਲਾਸ਼ੀ ਕਿਸੇ ਗਸ਼ਟ ਅਫਸਰ ਤੋਂ ਕਰਾਉਣੀ ਹੈ ਕਿ ਮੇਰੇ ਤੋਂ ਕਰਾਉਣੀ ਹੈ। ਉਹਨਾਂ ਨੇ ਫਿਰ ਗਸ਼ਟ ਅਫਸਰ ਵਾਸਤੇ ਆਪਣੀ ਸਹਿਮਤੀ ਦਿੱਤੀ। SHO ਨੇ ਕੰਟਰੋਲ ਰੂਮ ਥਰੂ ਅਤੇ ਮੋਬਾਈਲ ਥਰੂ ਮੈਨੂੰ ਕਾਲ ਕਰ ਲਿਆ। ਮੈਂ ਜਾ ਕੇ ਜਦੋਂ ਤਲਾਸ਼ੀ ਕੀਤੀ ਹੈ ਉਹਦੀ ਤਲਾਸ਼ੀ 'ਚੋਂ 1.5 ਕਿਲੋ ਅਫੀਮ ਨਿਕਲੀ ਹੈ। ਬਰਨਾਲਾ ਵਿਖੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਹੈ, ਜਿਸ ਮਗਰੋਂ ਹੁਣ ਤੱਕ 3 ਮੌਤਾਂ ਹੋ ਚੁੱਕੀਆਂ ਨੇ। ਪਿੰਡ ਧੌਲਾ ਨਜ਼ਦੀਕ ਇੱਕ ਕੈਂਟਰ ਹਾਦਸਾਗ੍ਰਸਤ ਹੋ ਗਿਆ। ਤੇਜ਼ ਰਫ਼ਤਾਰ ਕੈਂਟਰ ਆਪਣਾ ਸੰਤੁਲਨ ਗੁਆ ਬੈਠਾ, ਜਿਸ ਕਾਰਨ ਪਹਿਲਾਂ ਤਾਂ ਕੈਂਟਰ ਦੀ ਇੱਕ ਦਰੱਖਤ ਨਾਲ ਜ਼ਬਰਦਸਤ ਟੱਕਰ ਹੋ ਗਈ ਅਤੇ ਫਿਰ ਉਸਨੂੰ ਅੱਗ ਲੱਗ ਗਈ। ਅੱਗ ਵਿੱਚ ਕੈਂਟਰ ਦੇ ਡਰਾਈਵਰ ਸਮੇਤ 3 ਵਿਅਕਤੀ ਝੁਲਸ ਗਏ। ਅੱਗ ਲੱਗਣ ਕਾਰਨ 3 ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਗੱਡੀ ਸਬਜ਼ੀ ਲੈ ਕੇ ਆ ਰਹੀ ਸੀ ਸਵੇਰੇ ਮਾਨਸਾ ਤੋਂ, ਇਤਲਾਹ ਮਿਲੀ ਕਿ ਧੌਲਾ ਮੋੜ 'ਤੇ ਐਕਸੀਡੈਂਟ ਹੋਇਆ, ਪਹੁੰਚੋ, ਮੌਕੇ 'ਤੇ ਪਹੁੰਚਾਂਗੇ। ਇਹ 3 ਬੋਡੀਆਂ ਨੇ ਅੱਧ ਜਲੀਆਂ ਮਿਲੀਆਂ ਨੇ, ਕੈਂਟਰ ਵੀ ਬੁਰੀ ਤਰ੍ਹਾਂ ਟੁੱਟ ਗਿਆ ਅਤੇ ਹਾਦਸਾ ਕੁਦਰਤ 'ਤੇ ਅਚਾਨਕ ਹੋਇਆ ਹੈਗਾ। ਵਾਰਸਾਂ ਨੂੰ ਸੁਨੇਹਾ ਲੱਗ ਗਿਆ, ਮੌਕੇ 'ਤੇ ਆ ਰਿਹਾ।
ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਪੁਨੀਤ ਕੌਰ ਨੂੰ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਤਾਜ਼ੀਆਂ ਖਬਰਾਂ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।